Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਮਨੀ, ਆ ਫੈਸਟੀਵਲ ਦਾ ਸੀਜ਼ਨ ਸਾਰਾ ਤੈਨੂੰ ਹੀ ਸੰਭਾਲਣਾ ਪੈਣਾ। ਸਰਤਾਜ ਅਜੇ ਕੰਮ ਦੇ ਵਿੱਚ ਕੱਚਾ ਹੈ ਅਤੇ ਮੇਰੇ ਬਿਜ਼ਨਸ ਲਈ ਅਜੇ ਉਹ ਫਿੱਟ ਵੀ ਨਹੀਂ, ਅਤੇ ਉੱਤੋਂ ਕੰਮ ਵੀ ਥੋੜ੍ਹਾ ਜ਼ਿਆਦਾ ਹੋਣਾ, ਅਤੇ ਮੈਂ ਨਹੀਂ ਚਾਹੁੰਦਾ ਕਿ ਸਾਰੀ ਟੈਨਸ਼ਨ ਸਰਤਾਜ ਆਪਣੇ ਸਿਰ 'ਤੇ ਚੱਕੇ। ਡੈਡ, ਜੋ ਹੁਣ ਤੋਂ ਟਰਾਈ ਕਰੂੰਗਾ ਤਾਂ ਹੀ ਸਿੱਖੂੰਗਾ ਨਾ। ਪੁੱਤਰ, ਤੈਨੂੰ ਇੰਨੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ। ਇਹਦੀ ਸਾਰੀ ਟੈਨਸ਼ਨ ਮੈਂ ਆਪਣੇ ਸਿਰ 'ਤੇ ਚੱਕਣ ਨੂੰ ਹਲੇ ਬੈਠਾ ਹਾਂ। ਉਹ ਤੂੰ ਫਿਕਰ ਨਾ ਕਰ, ਮੈਂ ਸਭ ਸੈੱਟ ਕਰ ਦੇਣਾ, ਨਾਲ ਨਾਲ ਮੈਨੂੰ ਸਾਰਾ ਕੰਮ ਵੀ ਸਿਖਾ ਦਾਂਗਾ। ਸਵੇਰ ਸ਼ਾਮ ਦੀ ਸਾਰੇ ਕੰਮ ਦੀ ਰਿਪੋਰਟ ਮੈਂ ਤੈਨੂੰ ਆਪੇ ਦੇਵਾਂਗਾ। ਹਾਂ, ਪਰ ਇੱਕ ਗੱਲ। ਕੀ ਗੱਲ ਮਨੀ? ਯਾਰ, ਮੇਰੀ ਹੈਲਪ ਨੂੰ ਕਿਧਰੇ ਕੋਈ ਗਲਤ ਨਾ ਸਮਝ ਲਏ। ਕਿਸੇ ਨੂੰ ਇੱਦਾਂ ਨਾ ਲੱਗਣ ਲੱਗ ਜਾਏ ਕਿ ਮੈਂ ਤੇਰਾ ਬਿਜ਼ਨਸ ਨੱਪ ਲਿਆ। ਸਾਡੀ ਦੋਨਾਂ ਦੀ ਸੋਚ ਵਿੱਚ ਕੋਈ ਤੀਜਾ ਨਹੀਂ ਆ ਸਕਦਾ। ਸਾਡੇ ਦੋਨਾਂ ਦੀ ਸੋਚ ਵਿੱਚ ਇੱਕ ਦੂਜੇ ਦੀ ਫਿਕਰ ਹੈ ਅਤੇ ਇਹੀ ਸਾਡੀ ਤਾਕਤ ਆ। ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਇੱਕ ਦੂਸਰੇ ਨੂੰ ਸੰਭਾਲਦੇ ਆਏ ਹਾਂ। ਅਸੀਂ ਸਿਰਫ ਇੱਕ ਦੂਜੇ ਬਾਰੇ ਸੋਚਦੇ ਹਾਂ। ਕੋਈ ਤੀਜਾ ਸਾਡੇ ਬਾਰੇ ਕੀ ਸੋਚਦਾ ਹੈ ਇਹਦੀ ਟੈਨਸ਼ਨ ਲੈਣ ਦੀ ਸਾਨੂੰ ਕੋਈ ਲੋੜ ਨਹੀਂ ਹੈ। ਥੈਂਕਸ ਯਾਰ। ਸਰਤਾਜ, ਤੇਰੇ ਮਨੀ ਅੰਕਲ ਜਦੋਂ 7-8 ਸਾਲ ਦੇ ਸੀ ਨਾ, ਉਦੋਂ ਇੱਥੇ ਰਹਿਣ ਲਈ ਆਏ ਸੀ, ਅਤੇ ਅੱਜ 40-45 ਸਾਲ ਹੋ ਗਏ, ਸਾਡੀ ਦੋਸਤੀ ਦੇ ਵਿੱਚ ਕੋਈ ਦਰਾਰ ਨਹੀਂ ਆਈ। ਪਤਾ ਕਿਉਂ? ਕਿਉਂ ਡੈਡ? ਉਹ ਗੁਰਮਨ ਸਾਨੂੰ ਦੋਨਾਂ ਨੂੰ ਸੰਭਾਲਦੀ ਹੈ। ਉਹ ਆਪਣੇ ਤੋਂ ਜ਼ਿਆਦਾ ਸਾਡੀ ਦੋਨਾਂ ਦੀ ਫਿਕਰ ਰੱਖਦੀ ਹੈ। ਸਾਡੀ ਤਿੰਨਾਂ ਦੀ ਦੋਸਤੀ ਪਤਾ ਨਹੀਂ ਕਿਹੜੇ ਜਨਮ ਦਾ ਪੁੰਨ ਹੈ ਜਿਹੜਾ ਸਾਨੂੰ ਇਸ ਜਨਮ ਦੇ ਵਿੱਚ ਉਸਦਾ ਫਲ ਮਿਲਿਆ। ਸਰਤਾਜ, ਪੁੱਤਰ, ਮੈਂ ਚਾਹੁੰਦਾ ਕਿ ਸਾਡੀ ਦੋਸਤੀ ਤੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਵੇਂ, ਅਤੇ ਕਿਰਤ ਅਤੇ ਤੇਰੇ ਦੇ ਵਿੱਚ ਉਹੀ ਭਰੋਸਾ ਹੋਵੇ ਜੋ ਸਾਡੀ ਦੋਸਤੀ ਦੇ ਵਿੱਚ ਹੈ। ਪੁੱਤਰ, ਤੈਨੂੰ ਕਿਰਤ ਨੂੰ ਅਹਿਮੀਅਤ ਦੇਣੀ ਪੈਣੀ। ਸ਼ਮੀ ਜੀ ਕਿਸ ਤੋਂ ਬਿਜ਼ਨਸ ਸੰਭਾਲਣਾ ਚਾਹੁੰਦੇ ਆ ਨਾ, ਮੈਨੂੰ ਸਭ ਪਤਾ, ਪਰ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ। ਜੇ ਉਹ ਬੰਦਾ ਨਾ ਬਿਜ਼ਨਸ ਵਿੱਚ ਕੋਈ ਵੀ ਗੜਬੜ ਕਰਨ ਦੀ ਕੋਸ਼ਿਸ਼ ਕਰੇ ਤੇ ਸਭ ਤੋਂ ਪਹਿਲਾਂ ਮੈਨੂੰ ਆ ਕੇ ਦੱਸਣਾ। ਉਹਨੂੰ ਇਹੋ ਜਿਹਾ ਕੋਈ ਮੌਕਾ ਨਹੀਂ ਮਿਲਣਾ ਚਾਹੀਦਾ ਕਿ ਉਹ ਸਾਡੇ ਬਿਜ਼ਨਸ ਦਾ ਫਾਇਦਾ ਚੱਕ ਸਕੇ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।